हिंद में एक ही तीर्थ है यात्रा के लिए, जहां बाप ने कटाए थे बच्चे खुदा के लिए। गल चमकौर दी गड़ी दी हो रही है, जिथे 40 सिंघा ने 10 लाख दुश्मनों का सामना किया, जिस उपरंत गुरु साहिब जी वालों अमृत की दात प्राप्त करने वाले प्यारे सिंह भाई रामा जी और भाई तिलोका जी ने माता हरशरण कौर जी नाल मिल के उन्हां सिंघां दा संस्कार किया। भाई रामा भाई तिलोका ने गुरु गोविंद सिंह जी के बड़े साहिबजादों को जब शहीद हुए थे तो उनके संस्कार में बहुत मदद की थी, और उसकी वजह से गुरु साहब ने उन्हें तिलोका सिंह और रामा सिंह नाम दिया था और उन्हें अमृत चखाया था। गुरु गोविंद सिंह जी ने भाई रामा जी अते भाई तिलोका जी ने एक हुक्मनामा बख्शीश किया, जिसका गुरवाक सी तेरा घर मेरा आसा। उस हुक्मनामे के गुरवाक अनुसार अज पटियाले दे लोग अपने खुल दिले सुभा अते धर्म निरपक्षता करके पूरे विश्व विच प्रसिद्ध हैं। गल 18वीं सदी की करिए, जदों लोगों से बदले जोर जुलम ने अते जालम हकूमतों नू ठल पाउण दे लई वक्री वक्री जथेबंदियां सिख मिसलां दे रूप दे विच कायम होनिया शुरू होईयां। उस वेले बरनाले तो लैके सरहंद तक दा सारा इलाका मालवे दी प्रसिद्ध फुलकिया मिसल दे अधीन आ चुकिया सी, जिस दे सरदार सन बाबा आड़ा सिंह जी, जो भाई रामा जी अते भाई तिलोका जी दे वंशज सन। भाई रामा जी अते भाई तिलोका जी दे वंश ने तीन रियासतां पंजाब दीआं प्रमुख कायम कीतियां, जिन्हां विचों पटियाला रियासत, नाभा रियासत अते जींद रियासत पूरे विश्व विच प्रसिद्ध हन। बाबा आला जी ने जो पटियाला आपदा नीह पत्थर रखिया, पटियाला बेसिकली है जी पत्ती आला, आला सिंह की पत्ती, उहदे वास्ते साडे भाई रूप चंद जी दे परिवार नूं ही इह हुक्म कीता कि तुसीं जिवें पहलां सारियां ਨਵਾਉਂਦੇ ਆਏ ਹੋਏ ਹੋ ਰਿਲੀਜੀਅਸ ਰੀਤਾਂ, ਉਹ ਅਰਦਾਸ ਕਰਕੇ ਇਹ ਪਿੰਡ ਨੂੰ ਜਿਹੜਾ ਨਵਾਂ ਸ਼ਹਿਰ ਵਸਾਉਣਾ ਹੈ ਉਹ ਵਸਾਓ। ਬਾਬਾ ਆਲਾ ਸਿੰਘ ਜੀ ਨੇ ਹੀ 1763 ਦੇ ਵਿੱਚ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ ਅਤੇ ਹੌਲੀ ਹੌਲੀ ਕਰਕੇ ਦੂਰ ਦੁਰਾਡੇ ਅਤੇ ਸਰਹੰਦ ਦੇ ਇਲਾਕੇ ਦੇ ਲੋਕ ਕਿਲ੍ਹਾ ਮੁਬਾਰਕ ਦੇ ਆਲੇ ਦੁਆਲੇ ਆ ਕੇ ਵਸਣ ਲੱਗੇ, ਜਿਸ ਕਾਰਨ ਹੌਲੀ ਹੌਲੀ ਲੋਕਾਂ ਦੇ ਵੱਧਦੇ ਪਟਿਆਲੇ ਵਿੱਚ ਰੁਝਾਨ ਅਤੇ ਪਟਿਆਲੇ ਦੀ ਵੱਧਦੀ ਵਿਕਾਸ ਦਾ ਕੇਂਦਰ ਬਣ ਕੇ ਬਾਬੇ ਆਲੇ ਦੀ ਪੱਟੀ ਤੋਂ ਵਿਕਸਿਤ ਹੋਇਆ ਪੂਰੇ ਵਿਸ਼ਵ ਦਾ ਸਭ ਤੋਂ ਪ੍ਰਸਿੱਧ ਸ਼ਾਹੀ ਸ਼ਹਿਰ ਪਟਿਆਲਾ। ਬਾਬਾ ਆਲਾ ਸਿੰਘ ਜੀ ਤੋਂ ਬਾਅਦ ਉਹਨਾਂ ਦੀ ਗੱਦੀ ਉਹਨਾਂ ਦੇ ਸਪੁੱਤਰ ਸਰਦਾਰ ਸਰਦੂਲ ਸਿੰਘ ਜੀ ਹੁਣਾਂ ਨੂੰ ਮਿਲੀ। ਸਰਦਾਰ ਸਰਦੂਲ ਸਿੰਘ ਜੀ ਹੁਰਾਂ ਦੀ ਜੰਗ ਦੌਰਾਨ ਫੌਤ ਹੋ ਜਾਣ ਕਾਰਨ ਉਹਨਾਂ ਦੀ ਗੱਦੀ ਉਹਨਾਂ ਦੇ ਪੁੱਤਰ ਸਰਦਾਰ ਅਮਰ ਸਿੰਘ ਜੀ ਨੂੰ ਮਿਲੀ। ਲੈਪਲ ਗ੍ਰਿਫਨ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਜਮੁਨਾ ਤੋਂ ਲੈ ਕੇ ਸਤਲੁਜ ਦੇ ਵਿੱਚ ਮਹਾਰਾਜਾ ਅਮਰ ਸਿੰਘ ਜੀ ਆਪਣੇ ਸਮੇਂ ਦੇ ਸਭ ਤੋਂ ਵੱਡੇ ਮਹਾਰਾਜਾ ਸਨ। ਉਹਨਾਂ ਨੇ ਹੀ ਗੁਲ ਖਾਂ ਤੋਂ ਸੈਫਾਬਾਦ ਦਾ ਕਿਲ੍ਹਾ, ਜਿਸ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਬਹਾਦਰਗੜ੍ਹ ਨਾਂ ਦਿੱਤਾ, ਉਹ ਛਡਵਾਇਆ ਅਤੇ ਮਹਾਰਾਜਾ ਅਮਰ ਸਿੰਘ ਜੀ ਨੇ ਹੀ ਵੱਖਰੇ ਵੱਖਰੇ ਗੁਰਦੁਆਰਿਆਂ ਦਾ ਨਿਰਮਾਣ ਕੀਤਾ। ਮਹਾਰਾਜਾ ਅਮਰ ਸਿੰਘ ਜੀ ਦੀ ਸੂਝਬੂਝ ਕਾਰਨ ਪਟਿਆਲਾ ਰਿਆਸਤ ਦੀ ਸਰਹੱਦਾਂ ਦਿਨੋਂ ਦਿਨ ਵੱਧਦੀਆਂ ਗਈਆਂ। ਅਚਾਨਕ ਹੀ 33 ਸਾਲਾਂ ਦੇ ਮਹਾਰਾਜਾ ਅਮਰ ਸਿੰਘ ਜੀ ਅਕਾਲ ਚਲਾਣਾ ਕਰ ਗਏ। ਉਹਨਾਂ ਤੋਂ ਬਾਅਦ ਉਹਨਾਂ ਦੇ ਪੁੱਤਰ ਸਾਹਿਬ ਸਿੰਘ ਜੀ ਨੂੰ 7 ਸਾਲਾਂ ਦੀ ਛੋਟੀ ਉਮਰ ਦੇ ਵਿੱਚ ਹੀ ਗੱਦੀ 'ਤੇ ਬਿਠਾਉਣਾ ਪਿਆ। ਇਸ ਮੌਕੇ ਨੂੰ ਵੇਖਦੇ ਹੋਏ ਮੌਕਾ ਪ੍ਰਸਤ ਮਰਾਠਿਆਂ ਨੇ ਅਚਾਨਕ ਹੀ ਪਟਿਆਲੇ ਦੇ ਉੱਪਰ ਹਮਲਾ ਕਰ ਦਿੱਤਾ, ਲੇਕਿਨ ਬਹਾਦਰੀ ਅਤੇ ਵੀਰਤਾ ਦੀ ਮਿਸਾਲ ਉਹਨਾਂ ਦੀ ਵੱਡੀ ਭੈਣ ਬੀਬੀ ਸਾਹਿਬ ਕੌਰ ਜੀ ਨੇ ਵੀ ਹਿੰਮਤ ਨਾ ਹਾਰਦੇ ਹੋਏ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਦੁਸ਼ਮਣ ਫੌਜਾਂ ਨੂੰ ਧੂਲ ਚਟਾਈ। ਪਟਿਆਲਾ ਰਾਜ ਘਰਾਣੇ ਦੇ ਅਗਲੇ ਸ਼ਾਸਕ ਮਹਾਰਾਜਾ ਕਰਮ ਸਿੰਘ ਜੀ ਨੇ ਸੰਨ 1813 ਵਿੱਚ ਆਪਣਾ ਰਾਜਕਾਲ ਸੰਭਾਲਿਆ। ਉਹਨਾਂ ਦੇ ਕਾਰਜਕਾਲ ਦੌਰਾਨ ਹੀ ਪਟਿਆਲੇ ਦਾ ਸੁੰਦਰ ਦਰਬਾਰ ਹਾਲ ਦਾ ਨਿਰਮਾਣ ਕਾਰਜ ਪੂਰਾ ਹੁੰਦਾ ਹੈ, ਜਿਸ ਦੇ ਨਾਲ ਕਿਲ੍ਹਾ ਮੁਬਾਰਕ ਦੀ ਸੁੰਦਰ ਇਮਾਰਤ ਪੂਰਨ ਤੌਰ 'ਤੇ ਹੋਂਦ ਵਿੱਚ ਆਉਂਦੀ ਹੈ। ਮਹਾਰਾਜਾ ਕਰਮ ਸਿੰਘ ਜੀ ਦੇ ਕਾਰਜਕਾਲ ਦੌਰਾਨ ਹੀ ਸਰਹੰਦ ਦਾ ਨਾਂ ਬਦਲ ਕੇ ਬਾਬਾ ਫਤਿਹ ਸਿੰਘ ਜੀ ਦੇ ਨਾਂ 'ਤੇ ਫਤਿਹਗੜ੍ਹ ਸਾਹਿਬ ਵਿਖਿਆ ਅਤੇ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫਰਜ਼ੰਦਾਂ ਦੀ ਯਾਦ ਦੇ ਵਿੱਚ ਸੁੰਦਰ ਗੁਰਦੁਆਰਿਆਂ ਦਾ ਨਿਰਮਾਣ ਕਾਰਜ ਕਰਵਾਇਆ ਗਿਆ। ਮਹਾਰਾਜਾ ਕਰਮ ਸਿੰਘ ਜੀ ਨੇ ਵੱਖਰੇ ਵੱਖਰੇ ਇਮਾਰਤਾਂ ਅਤੇ ਧਾਰਮਿਕ ਇਮਾਰਤਾਂ ਦਾ ਵੀ ਨਿਰਮਾਣ ਕਾਰਜ ਕਰਵਾਇਆ, ਜਿਹਦੇ ਵਿੱਚ ਗੁਰਦੁਆਰਾ ਮੋਤੀ ਬਾਗ ਸਾਹਿਬ ਅਤੇ ਹੋਰ ਇਮਾਰਤਾਂ ਸ਼ਾਮਿਲ ਹਨ।
पटियाला राज घराने की गद्दी के अगले वारस बने महाराजा नरिंदर सिंह जी, जिन्होंने अपनी राजगद्दी सन 1845 संभाली। महाराजा नरिंदर सिंह जी ने पूरे विश्व में कला के राजे वजो प्रसिद्धि हासिल हुई। महाराजा नरिंदर सिंह जी ने ही अपने कार्यकाल दौरान सन 1847 पटियाले का खूबसूरत मोती बाग पैलेस उसारिया। महाराजा नरिंदर सिंह जी ने ही पटियाले का शीशिया की मीनाकारी नाल तैयार होया आलीशान शीश महल, जो कि अपने लक्ष्मण चूल्हे अते खूबसूरत मीनाकारी कारण पूरे विश्व विच प्रसिद्ध है, वह भी उन्होंने कार्यकाल दौरान ही उसारिया गया। महाराजा नरिंदर सिंह जी ने पटियाले की रक्षा खातर पटियाला की घेराबंदी करवाई, जिन्हां विच उन्होंने 10 गेट का निर्माण किया, जिन्हां विचों अज शेरां वाले गेट का पुनर्निर्माण होया है अते दर्शनी गेट ते सनौरी गेट वर्गे होर गेट अज भी मौजूद हैं। महाराजा नरिंदर सिंह जी ने ही बाबा आला सिंह जी की याद में शाही समाधा की मौजूदा इमारत का निर्माण करवाया। पटियाला राज घराने की अगली गद्दी के वारस बने महाराजा महिंदर सिंह जी, जिन्होंने सन 1862 अपनी गद्दी संभाली। महाराजा महिंदर सिंह जी का पटियाले विद्यक खेत्र के बुलंदियों ते पहुँचाउण दे विच बहुत वड्डा योगदान सी। महाराजा महिंदर सिंह जी के कार्यकाल दौरान ही पटियाला ने विद्यक खेत्र के पैर धरिया। महाराजा महिंदर सिंह के कार्यकाल दौरान पटियाले का प्रसिद्ध महिंद्रा कॉलेज होंद विच आया, जो कि कैम्ब्रिज अते ऑक्सफर्ड वर्गिया संस्थावां ते आधारित सी। इतिहास विच जिक्र मिलता है कि लाहौर अते दिल्ली दरम्यान ये उचेरी सिक्ख्या का पहला केंद्र सी। इहदी खासियत यह सी कि महिंद्रा कॉलेज विच अंडर ग्रैजुएट सिक्ख्या मुफ्त दित्ती जांदी सी। महाराजा महिंदर सिंह जी ने पटियाला दे विद्यक विकास कार्यां दे लई पटियाले विखे वख-वख स्कूल खोले, जिन्हां विच वधेरे स्कूलों के बच्चों सिक्ख्या मुफ्त भी दी जाती रही है। रियासत पटियाला के अगले गद्दी नशीन बने महाराजा रजिंदर सिंह जी, जिन्होंने सन 1862 अपनी गद्दी संभाली। महाराजा रजिंदर सिंह जी ने अपने पिता जी के नक्शे कदमों के उपर चलते हुए पटियाले विखे पहली पब्लिक लाइब्रेरी की स्थापना की, जो कि अज भी पटियाले के किला मुबारक के नज़दीक ही मौजूद है। लोगों नूं चंगीआं सिहत सहूलतां प्रदान करन दे लई महाराजा रजिंदर सिंह जी दे कार्यकाल दौरान पटियाले दा प्रसिद्ध रजिंदरा हस्पताल भी होंद विच आया अते औरतां नूं भी चंगीआं सिहत सहूलतां प्रदान करन दे लई पटियाले विखे महाराजा रजिंदर सिंह जी दे कार्यकाल दौरान लेडी डेफरन हस्पताल होंद विच आया, जो कि अजकल माता कौशल्या हस्पताल दे नां दे नाल प्रसिद्ध है। वैसे तां पटियाला शुरुआती तौर तों खेडां दे विच अव्वल आउंदा रिहा है, लेकिन महाराजा रजिंदर सिंह जी के कार्यकाल दौरान पटियाले ने खेड जगत विच बुलंदियां हासिल कीतियां। महाराजा रजिंदर सिंह जी के कार्यकाल दौरान ही बारादरी गार्डन दे विच इंग्लैंड के लॉर्ड्स क्रिकेट स्टेडियम से आधारित क्रिकेट स्टेडियम की स्थापना हुई। रुस्तम ए हिंद अते रुस्तम ए जमां दा जेतू मशहूर पहलवान गामा पहलवान भी पटियाला दरबार की ही देन सी, जिन्हां नूं महाराजा रजिंदर सिंह जी ने अखाड़े लई वड्डी जगीर भी बख्शी। महाराजा रजिंदर सिंह जी के कार्यकाल दौरान ही पटियाले विखे बहुत सुंदर इमारतां जिवें कि जिमखाना आदि होंद विच आए। पटियाला राज घराने की अठवीं गद्दी के वारस बने महाराजा भुपिंदर सिंह जी, जिन्हां ने पटियाले राज घराने नूं बुलंदियां तक पहुँचाया अते विश्व प्रसिद्ध बनाया। महाराजा भुपिंदर सिंह जी ने अपनी 19 साल की उम्र के इंग्लैंड के दौरे दौरान भारतीय टीम की कप्तानी की। महाराजा भुपिंदर सिंह जी के कार्यकाल दौरान ही क्रिकेट क्लब ऑफ इंडिया की स्थापना हुई अते महाराजा भुपिंदर सिंह जी भारतीय पार्लीमेंट के चैंबर ऑफ प्रिंस के चांसलर भी बने। महाराजा भुपिंदर सिंह जी के कार्यकाल दौरान धर्म निरपक्षता की ज्यौंदी जागती मिसाल देंदे हुए कलकत्ते तो काली माता की लियाउंदी जोत नूं पटियाले विखे सुशोभित किया, जो कि अज भी जगत प्रसिद्ध है अते धर्म निरपक्षता का ज्यौंदी जागती मिसाल है। पंजाबी भाषा नूं राज भाषा का दर्जा दिवाउण दे विच महाराजा भुपिंदर सिंह जी का वड्डा योगदान रहा है। महाराजा भुपिंदर सिंह जी ने अपने कार्यकाल दौरान पटियाला राजशाही घराने वालों पंजाबी का पहला टाइपराइटर तैयार करवाया अते कान सिंह नाभा जी द्वारा रचित सिख पंथ की महान लिखत महान कोश नूं भी 70,000 रुपये दे के छपवाया।
ਜਿਵੇਂ ਕਿ ਪਟਿਆਲਾ ਹਰੇਕ ਖੇਤਰ ਦੇ ਵਿੱਚ ਦਿਨੋ ਦਿਨ ਵੱਧਦਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਸੰਗੀਤ ਦੇ ਖੇਤਰ ਦੇ ਵਿੱਚ ਪਟਿਆਲਾ ਦੇ ਉਪਜ ਅਲੀ ਬਖਸ਼ ਅਤੇ ਉਹਨਾਂ ਦੇ ਪੁੱਤਰ ਬੜੇ ਗੁਲਾਮ ਅਲੀ ਖਾਨ ਜੀ ਨੇ ਪਟਿਆਲੇ ਘਰਾਣੇ ਦੀ ਸੰਗੀਤ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਅਤੇ ਪਟਿਆਲੇ ਦਾ ਨਾਂ ਜਗਤ ਪ੍ਰਸਿੱਧ ਕਰਵਾਇਆ। ਮਹਾਰਾਜਾ ਭੁਪਿੰਦਰ ਸਿੰਘ ਜੀ ਨੇ ਹੀ ਪਟਿਆਲੇ ਦਾ ਪਹਿਲਾ ਐਵੀਏਸ਼ਨ ਕਲੱਬ ਅਤੇ ਬੈਂਕ ਆਫ ਪਟਿਆਲਾ ਬਣਾਇਆ, ਜੋ ਕਿ ਬਾਅਦ ਦੇ ਵਿੱਚ ਮਾਲ ਰੋਡ ਉੱਪਰ ਸਟੇਟ ਬੈਂਕ ਆਫ ਪਟਿਆਲਾ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਪਟਿਆਲਾ ਰਾਜ ਘਰਾਣੇ ਦੀ ਅਗਲੀ ਗੱਦੀ ਦੇ ਵਾਰਸ ਬਣੇ ਮਹਾਰਾਜਾ ਯਾਦਵਿੰਦਰ ਸਿੰਘ ਜੀ। ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਸੰਨ 1938 ਵਿੱਚ ਆਪਣੀ ਰਾਜਗੱਦੀ ਸੰਭਾਲੀ। ਮਹਾਰਾਜਾ ਯਾਦਵਿੰਦਰ ਸਿੰਘ ਜੀ ਉਹਨਾਂ ਰਿਆਸਤਾਂ ਦੇ ਰਾਜਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਭਾਰਤ ਦੇ ਟੋਟੇ ਟੋਟੇ ਹੋਣ ਤੋਂ ਬਚਾਇਆ ਅਤੇ ਸੰਨ 1947 ਦੀ ਵੰਡ ਵਿੱਚ ਭਾਰਤ ਦਾ ਹਿੱਸਾ ਬਣ ਕੇ ਅਡੋਲ ਏਕਤਾ ਦਾ ਪ੍ਰਤੀਕ ਦਿੱਤਾ। ਪੈਪਸੂ ਦੇ ਸੰਗਠਨ ਵੇਲੇ ਜਦੋਂ ਪਟੇਲ ਪਟਿਆਲੇ ਦੇ ਦਰਬਾਰ ਹਾਲ ਵਿਖੇ ਕਾਨਫਰੰਸ ਵਿਖੇ ਸੰਬੋਧਿਤ ਕਰ ਰਹੇ ਸਨ ਤਾਂ ਪਟੇਲ ਨੇ ਆਖਿਆ ਸੀ ਕਿ ਜੇਕਰ ਮੈਨੂੰ ਦੁਬਾਰਾ ਜਨਮ ਲੈਣ ਦਾ ਮੌਕਾ ਮਿਲੇ ਤਾਂ ਮੈਂ ਅਭਿਰਾਜ ਮਹਾਰਾਜਾ ਯਾਦਵਿੰਦਰ ਸਿੰਘ ਜੀ ਦੇ ਰਾਜ ਵਿੱਚ ਜਨਮ ਲੈਣਾ ਪਸੰਦ ਕਰਾਂਗਾ। ਸੰਨ 1947 ਦੀ ਵੰਡ ਦੌਰਾਨ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਖੁੱਲ੍ਹੇ ਦਿਲ ਦੇ ਨਾਲ ਪਾਕਿਸਤਾਨ ਤੋਂ ਆਏ ਰਿਫੂਜੀਆਂ ਨੂੰ ਸੰਦੇਸ਼ ਦੇ ਰਾਹੀਂ ਸੱਦਾ ਦਿੱਤਾ ਕਿ ਆਪ ਸਭ ਪਟਿਆਲੇ ਵਿਖੇ ਆ ਕੇ ਨਿਵਾਸ ਕਰ ਸਕਦੇ ਹੋ ਅਤੇ ਸਾਰੇ ਆਏ ਰਿਫੂਜੀਆਂ ਨੂੰ ਮਹਾਰਾਜਾ ਯਾਦਵਿੰਦਰ ਸਿੰਘ ਜੀ ਨੇ ਪਟਿਆਲੇ ਵਿਖੇ ਚੰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ। ਪਟਿਆਲੇ ਦੀ ਸੁੱਖ ਸ਼ਾਂਤੀ ਦੇ ਲਈ ਰਾਜ ਘਰਾਣੇ ਵੱਲੋਂ ਜਵਾਲਾ ਜੀ ਤੋਂ ਲਿਆਉਂਦੀ ਨਿਰੰਤਰ ਜੋਤ ਅਤੇ ਢੱਕਦੀ ਲੱਕੜ ਦੀ ਜਗਦੀ ਰੂਹਾਨੀ ਧੁਣੀ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਅੱਜ ਵੀ ਪਟਿਆਲੇ ਦੀ ਜਿਉਂਦੀ ਜਾਗਦੀ ਧਰਮ ਨਿਰਪੱਖਤਾ ਦਾ ਸਬੂਤ ਹੈ। ਇਸੇ ਦੌਰਾਨ ਪਟਿਆਲੇ ਦੀ ਰਾਜਸ਼ਾਹੀ ਚਾਰ ਦੀਵਾਰਾਂ ਦੇ ਵਿੱਚ ਹੀ ਨਹੀਂ ਬਲਕਿ ਪਟਿਆਲੇ ਦੇ ਆਮ ਲੋਕਾਂ ਦੇ ਦਿਲਾਂ ਵਿੱਚ ਸਮੋਈ ਬੈਠੀ ਹੈ, ਜਿਸ ਦਾ ਪ੍ਰਤੀਕ ਹੈ ਪਟਿਆਲਾ ਸ਼ਾਹੀ ਸਲਵਾਰ, ਪਟਿਆਲਾ ਸ਼ਾਹੀ ਪੱਗ, ਪਟਿਆਲਾ ਸ਼ਾਹੀ ਜੁੱਤੀ ਅਤੇ ਪਰਾਂਦੇ ਵਰਗੀਆਂ ਹਰੇਕ ਚੀਜ਼ਾਂ ਜੋ ਕਿ ਪਟਿਆਲੇ ਦੇ ਲੋਕ ਅਪਣਾਉਂਦੇ ਆ ਰਹੇ ਹਨ। ਅੱਜ ਵੀ ਪਟਿਆਲੇ ਦੇ ਲੋਕਾਂ ਦੇ ਵਿੱਚ ਉਸੇ ਤਰੀਕੇ ਨਾਲ ਰੂਹਾਨੀ ਝਲਕ ਅਤੇ ਉਸੇ ਤਰੀਕੇ ਦੇ ਨਾਲ ਰਾਜਸ਼ਾਹੀ ਝਲਕ ਨਿਰੰਤਰ ਚੱਲਦੀ ਆ ਰਹੀ ਹੈ। ਇਹ ਹੈ ਸ਼ਹਿਰ ਪਟਿਆਲਾ, ਜਿਸ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਪਾਰ ਕਿਰਪਾ ਹੈ, ਜਿਸ ਸਦਕਾ ਅੱਜ ਵੀ ਪਟਿਆਲਾ ਪੂਰੇ ਵਿਸ਼ਵ ਵਿੱਚ ਵੱਖਰੇ ਵੱਖਰੇ ਖੇਤਰਾਂ ਵਿੱਚ ਬੁਲੰਦੀਆਂ ਹਾਸਲ ਕਰ ਰਿਹਾ ਹੈ।